ਰਾਤ ਆਪਾਂ ਰੁਕੇ ਸੀ ਖਲਸੀ, ਅਤੇ ਅੱਜ ਨਿਕਲਦੇ ਹਾਂ ਖਲਸੀ ਤੋਂ। ਪਿਛਲੇ ਰਸਤੇ ਦੀ ਕੋਈ ਵੀਡੀਓ ਆਪਾਂ ਵਾਲੀ ਬਣਾਈ ਨਹੀਂ ਖਾਸ, ਅਤੇ ਹੋ ਸਕਦਾ ਤੁਹਾਡੇ ਤੱਕ ਉਹ ਪਹੁੰਚੇ ਵੀ ਸ਼ਾਇਦ ਹੀ, ਕਿਉਂਕਿ ਮਣ ਜਾਣੀ ਸੀ ਵੀਡੀਓ ਬਣਾਉਣ ਦਾ ਬਣਾਈ ਨਹੀਂ। ਅਤੇ ਅੱਜ ਚਲੋ ਕੋਸ਼ਿਸ਼ ਕਰਕੇ ਦੇਣੇ ਆ, ਚੱਲਦੇ ਹਾਂ ਇੱਥੋਂ ਖਲਸੀ ਤੋਂ, ਅਤੇ ਰਸਤੇ 'ਚ ਫਿਰ ਤੁਹਾਨੂੰ ਦਿਖਾਉਣੇ ਆ ਕੀ ਰੰਗ ਢੰਗ ਆ। ਚੱਲਦੇ ਹਾਂ ਫਿਰ ਅੱਜ ਨਿੰਮੋ ਨੂੰ। ਖਲਸੀ ਤੋਂ ਬਾਹਰ ਨਿਕਲ ਕੇ ਲੇਹ ਨੂੰ ਜਾਂਦੇ ਰਸਤੇ ਦੇ ਸੋਹਣੇ ਵਿਊ ਦੇਖੋ। ਮੌਸਮ ਖਰਾਬ, ਅੱਜ ਬੱਦਲਵਾਈ ਹੋਈ ਪਈ ਹੈ ਥੋੜ੍ਹੀ ਜੀ। ਅੱਗੇ ਆ ਗਈ ਢਾਲ, ਅਤੇ ਹੁਣ ਫੋਨ ਆਪਾਂ ਜੇ ਵਿੱਚ ਪਾ ਲਈਏ। ਆਹ ਆਪਣਾ ਭਾਈਚਾਰਾ ਮਿਲਿਆ, ਅਤੇ ਇਹ ਬਾਈ ਹੈਗਾ ਸਵਿਟਜ਼ਰਲੈਂਡ ਤੋਂ। ਵਾਟਸ ਨੇਮ? ਜੋਆਕਿਮ। ਠੀਕ ਆ ਬਾਈ, ਇਹ ਤੁਸੀਂ ਸੁਣ ਲਿਆ? ਠੀਕ ਆ। ਅਤੇ ਓਕੇ, ਵੈਰੀ ਨਾਈਸ ਟੂ ਮੀਟ ਯੂ। ਨਾਈਸ ਟੂ ਮੀਟ ਯੂ ਟੂ। ਅਤੇ ਹਾਊ ਮੈਨੀ ਕੰਟਰੀਜ਼ ਯੂ ਡਨ ਵਿਚ? 19 ਫਰੋਮ ਸਵਿਟਜ਼ਰਲੈਂਡ ਟੂ ਇੰਡੀਆ, 19 ਕੰਟਰੀਜ਼। ਠੀਕ ਆ। ਇਹ ਬਾਈ ਸਵਿਟਜ਼ਰਲੈਂਡ ਤੋਂ ਹੀ, ਕਹਿੰਦਾ ਮੈਂ ਸਾਈਕਲ 'ਤੇ ਚੱਲਿਆ ਸੀਗਾ, ਅਤੇ ਬੋਏ ਪਾਕਿਸਤਾਨ, ਅਤੇ ਪਾਕਿਸਤਾਨ ਹੁੰਦਾ ਹੋਇਆ ਇਹ ਇੰਡੀਆ 'ਚ ਐਂਟਰ ਕੀਤਾ ਅੰਮ੍ਰਿਤਸਰ, ਅਤੇ ਅੰਮ੍ਰਿਤਸਰ ਤੋਂ ਬਾਈ ਇਹ ਗਿਆ ਹਿਮਾਚਲ ਵਾਲੀ ਸਾਈਡ ਨੂੰ, ਅਤੇ ਮਨਾਲੀ ਤੋਂ ਐਂਟਰ ਕਰਕੇ ਪੂਰਾ ਇੰਟਾਇਰ ਲੱਦਾਖ, ਸਾਰਾ ਲੱਦਾਖ ਕਰਕੇ ਇਹ, ਅਤੇ ਹੁਣ ਇਹ ਆਪਣਾ ਸ਼੍ਰੀਨਗਰ ਤੋਂ ਥੱਲੇ ਨੂੰ ਜਾਊਗਾ ਡਾਊਨ ਵਾਇਆ ਪੰਜਾਬ ਡਨ ਆਲ ਇੰਡੀਆ। ਹਾਂ, ਅਤੇ ਥੱਲੇ ਵਾਲੀ ਫਿਰਨੀ ਇੰਡੀਆ ਦੀ ਸਾਰੀ ਘੁੰਮੂਗਾ। ਐਂਡ ਆਫਟਰ ਦੈਟ ਵਿਚ ਕੰਟਰੀ ਯੂ ਗੋ? ਆਈ ਐਮ ਗੋਇੰਗ ਬੈਕ ਟੂ ਪਾਕਿਸਤਾਨ। ਓਕੇ, ਠੀਕ ਹੈ। ਇਹ ਕਹਿੰਦਾ ਫਿਰ ਵਾਪਸ ਪਾਕਿਸਤਾਨ ਵਾਪਸ ਜਾਣਾ, ਕਹਿੰਦਾ ਮੈਂ, ਅਤੇ ਆਪਦੇ ਦੇਸ਼ ਸਵਿਟਜ਼ਰਲੈਂਡ ਪਿੱਛੇ ਲਾਇਆ ਹੋਇਆ ਬਾਈ ਨੇ ਝੰਡਾ, ਅਤੇ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ। ਆਹ ਰਾਹ ਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਫੋਨ 'ਚ ਐਡਾ ਘੈਂਟ ਦਿੰਦਾ ਇਹ, ਅਤੇ ਜਦੋਂ ਤੁਸੀਂ ਰੀਅਲ 'ਚ ਇੱਥੇ ਆਓਗੇ ਕਿਆ ਬਾਤਾਂ ਯਾਰ। ਮੈਂ ਕਿਹਾ ਜਮਾਂ ਸਿਰਾ ਵਿਊ, ਐਂ ਗਾਜਰ ਗਈ ਸਿੱਧੀ ਸੜਕ। ਇੱਧਰੋਂ ਆਪਾਂ ਆ ਰਹੇ ਹਾਂ ਪਿਛਲੇ ਪਾਸੇ, ਦੇਖ ਲਓ ਇਹ ਆ ਲੱਦਾਖ ਦਾ ਰੰਗ ਢੰਗ। ਇੱਕ ਆਪਾਂ ਨੂੰ ਬਾਈ ਜੀ ਰਾਈਡਰ ਮਿਲੇ ਨੇ, ਇਹ ਹੈਗੇ ਆ ਜਰਮਨੀ ਤੋਂ, ਅਤੇ ਇਹਨਾਂ ਨੇ ਕਲਕੱਤੇ ਤੋਂ ਜਿਹੜੀ ਬਾਈਕ ਆ ਉਹ ਰੈਂਟ 'ਤੇ ਲਈ ਆ, ਅਤੇ ਸਾਰਾ ਇੰਡੀਆ ਘੁੰਮ ਰਹੇ ਆ। ਹਾਊ ਯੂ? ਹਾਊ ਯੂ? ਓ ਵੈਰੀ ਵੈਲ, ਆਈ ਫੀਲ ਰੀਅਲੀ ਗੁੱਡ ਇਨ ਇੰਡੀਆ। ਓਕੇ, ਓ ਵਿਚ ਕੰਟਰੀ ਯੂ ਫਰੋਮ? ਆਈ ਐਮ ਫਰੋਮ ਜਰਮਨੀ। ਇਹ ਬਾਈ ਹੈਗਾ ਜਰਮਨੀ ਤੋਂ, ਵਾਟਸ ਯੂਰ ਨੇਮ? ਮਾਈ ਨੇਮ ਇਜ਼ ਕਾਰਲ। ਕਾਰਲ, ਕਾਰਲ, ਹਾਊ ਇਜ਼ ਦ ਐਕਸਪੀਰੀਅੰਸ ਆਫ ਇੰਡੀਆ? People are so friendly and helpful. Yeah. And this great scenery in nature. Oh, it's the best of the world. ਦੇਖੋ ਵੀ ਇਹ ਵੀ ਕਹਿੰਦੇ ਜਿਹੜਾ ਆਹ ਲੱਦਾਖ ਦਾ ਵਿਊ ਹੈ ਸੀਨਰੀਆਂ ਦੀਆਂ ਨਾ, ਇਹਦੇ ਮੂਹਰੇ ਕਹਿੰਦੇ ਬਸ ਸਾਰਾ ਜਰਮਨੀ ਵੀ ਐਡਾ ਘੈਂਟ ਨਹੀਂ ਕਹਿੰਦੇ ਜਿੱਡਾ ਤੁਹਾਡਾ ਘੈਂਟ ਲੱਦਾਖ ਆ। ਸੋ ਹਾਊ ਮੈਨੀ ਈਅਰਸ ਯੂ ਓਲਡ? ਆਈ ਐਮ 66 ਈਅਰਸ ਓਲਡ। ਲੈ ਵੀ ਆਪਣੇ ਬੰਦਾ 50 ਦੇ ਆ ਕੇ ਹੱਥ ਖੜੇ ਕਰ ਜਾਂਦਾ ਵੀ ਉਦੋਂ ਬਾਅਦ ਬਈ ਮੈਂ ਹੁਣ ਕੰਮ ਦਾ ਨਹੀਂ ਗਾ, ਅਤੇ ਦੇਖੋ ਜਰਮਨੀ ਵਾਲਾ 66 ਸਾਲਾਂ ਦਾ ਬੰਦਾ ਗਾ, ਸੋਲੋ ਰਾਈਡ। ਇਹ ਵੀ ਦੇਖੋ ਸੋਲੋ ਘੁੰਮ ਰਿਹਾ ਇਹੋ ਜਿਹੇ ਪਹਾੜਾਂ ਦੇ ਵਿੱਚ, ਅਣਜਾਣ ਦੇਸ਼ ਦੇ ਵਿੱਚ ਕਲਕੱਤੋਂ ਬਾਈਕ ਰੈਂਟ 'ਤੇ ਲੈ ਕੇ ਸਾਰਾ ਇੰਡੀਆ ਘੁੰਮ ਰਿਹਾ, ਕਿੱਡੀ ਹੈਰਾਨੀ ਦੀ ਗੱਲ ਆ। ਅਤੇ ਇਹ ਆਪਾਂ ਨੂੰ ਦੇਖ ਕੇ ਕਹਿ ਰਿਹਾ ਕਿ ਯੂ ਆਰ ਅਨਬਲੀਵੇਬਲ, ਜਦੋਂ ਆਪਣਾ ਸਾਈਕਲ ਦੇਖ ਕੇ ਆਪਾਂ ਨੂੰ ਦੇਖਿਆ ਇਹ ਕਹਿੰਦੇ ਸੁਪਰ ਗ੍ਰੇਟ ਅਨਬਲੀਵੇਬਲ, ਪਰ ਆਪਾਂ ਨੂੰ ਯਾਰ ਜਿਹੜਾ ਇਹ ਕਰੀ ਜਾਂਦੇ ਆ ਇਹ ਵੀ ਅਨਬਲੀਵੇਬਲ। ਯੂ ਆਲਸੋ ਡਨ ਅ ਅਨਬਲੀਵੇਬਲ? ਨਾ, ਯੂ ਆਰ ਦਾ ਹੀਰੋ, ਆਈ ਹੈਵ ਐਨ ਇੰਜਨ, ਬਟ ਯੂ ਹੈਵ ਯਾ ਇੰਜਨ ਇਨ ਯੋਰ ਲੈਗਸ। ਥੈਂਕ ਯੂ ਸੋ ਮਚ। ਇਹ ਕਹਿੰਦੇ ਭਾਈ ਤੁਸੀਂ ਹੀਰੋ ਆ, ਸਾਡੀ ਤਾਂ ਗੱਡੀ ਦੇ ਇੰਜਨ ਲੱਗਿਆ ਅਤੇ ਤੁਸੀਂ ਪੱਟਾਂ ਦੇ ਜ਼ੋਰ 'ਤੇ ਚੱਲਦੇ ਆ। ਸੋ ਥੈਂਕ ਯੂ ਕਾਲ, ਨਾਈਸ ਟੂ ਮੀਟ ਯੂ, ਹੈਵ ਅ ਨਾਈਸ ਜਰਨੀ, ਹੈਵ ਅ ਗ੍ਰੇਟ ਡੇ। ਥੈਂਕ ਯੂ ਫਾਰ ਯੂ ਟੂ। ਓਕੇ, ਥੈਂਕ ਯੂ ਵੈਰੀ ਮਚ। ਖਲਸੀ ਤੋਂ ਚੱਲ ਕੇ ਆਪਾਂ 10 ਕਿਲੋਮੀਟਰ ਦੂਰ ਆ ਕੇ ਰੁਕੇ ਸੀਗੇ, ਇੱਥੇ ਪਿੰਡ ਆ ਨੁਰਲਾ। ਜੇ ਤੁਹਾਨੂੰ ਲੱਗਦਾ ਖਲਸੀ ਟਾਈਮ ਨਾਲ ਪਹੁੰਚ ਗਏ, ਅੱਗੇ ਕਿਤੇ ਰੁਕਣਾ ਫਿਰ ਤੁਸੀਂ ਇੱਥੇ ਨੁਰਲਾ ਵੀ ਕੈਂਪਿੰਗ ਕਰ ਸਕਦੇ ਆ ਆ ਕੇ। ਅਤੇ ਵਧੀਆ ਦਿਨ ਅੱਜ, ਕੱਲ੍ਹ ਮੂਡ ਸੈੱਟ ਨਹੀਂ ਸੀ, ਅੱਜ ਠੀਕ ਆ। ਪਹਿਲਾਂ ਆਪਣੇ ਭਾਈਚਾਰੇ ਦਾ ਬੰਦਾ ਟੱਕਰਿਆ ਆਪਾਂ ਨੂੰ, ਉਹ ਸਵਿਟਜ਼ਰਲੈਂਡ ਵਾਲਾ ਸਾਈਕਲ ਵਾਲਾ, ਫਿਰ ਉਹ ਜਰਮਨੀ ਵਾਲਾ ਕਾਰਲ, ਉਹ ਹੀਰੋ ਕਹਿ ਗਿਆ ਬਸ। ਉਦੋਂ ਬਾਅਦ ਥੋੜ੍ਹਾ ਜਿਹਾ ਮੂਡ ਪੂਰੇ ਘੈਂਟਾ, ਹੁਣ ਤਾਂ ਵੈਂਡੀਜ਼ਲ ਵਾਲੀ ਫੀਲਿੰਗ ਆਈ ਜਾਂਦੀ ਹੀਰੋ ਕਹਿ ਗਿਆ ਉਹ। ਹੁਣ ਆਪਾਂ ਇੱਥੋਂ ਫਿਰ ਨੁਰਲਾ ਤੋਂ ਚੱਲਦੇ ਹਾਂ ਅੱਗੇ, ਦੇਣੇ ਅੱਜ ਫਿਰ ਕਿੱਥੇ ਬਣਦਾ ਰੁਕਣ ਦਾ ਪ੍ਰੋਗਰਾਮ। ਆਪਾਂ ਹੈਗੇ ਹਾਂ ਸੁਸਪੋਲ ਤੋਂ 5 ਕਿਲੋਮੀਟਰ ਪਿੱਛੇ। ਪਹਿਲਾਂ ਤੁਸੀਂ ਦੇਖੋ ਇੱਥੋਂ ਦਾ
आला दुआला। वो सामने कुछ दरख्त लाए आ, कोशिशां हो जांदियां लद्दाख च भी दरख्त लाउण दियां तां कि इत्थों दा थोड़ा वातावरण मतलब उहदा ठीक आना, प्रदूषण है नहीं, पर कि ऑक्सीजन दी जिहड़ी कमी आ उहनूं पूरा कीता जा सके। ते आह इत्थों दा आला एक होर सोहना व्यू दिखाने आ, क्यों घंटा ना कम आ रहा। बहुत सोहने जड़े लेह नूं जांदे आ, लेह कोई खास गल नहीं, लेह शहर आम जिवें शहर होंदे है ना, पर जिहड़े आ राह जांदे आ लेह नूं इह सिरे चीजां जां वा। ते नाले इह कहो वी कैमरे च भी चंगी क्वालिटी का कैमरा च भी वह गल नहीं बनती है ना, जो आप इतने आके नंगी अखना देखना बाकी बहुत घट चीज। आप पहुँच गए थे सस्पोल, तो सस्पोल चो बाहर निकलने आप तुरदे निम्बू नू, तो निम्बू नू आ पहाड़िया के उपर दी हो गया रस्ता जाता गा, इतों हम आप चढ़ाई पेगी पूरी फुल, तो निम्बू तो पहला थोड़ा जहा डाउन आऊगा। हुण इत्थों पानी पूनी भर लीए फिर तुरदे आ निम्बू नूं सस्पोल तों। आपां जा रहे हैं निम्बू, उदों पहलां देखो सस्पोल दे पहाड़। हरेक पहाड़ दा रंग रूप एक दूजे नालों वक्खरा, पहलां सामने निम्बू तों ही पिया बदल होई। पहलां दा व्यू देखो किन्ना सोहणा है ना, ते हुण इह देखो कि आह व्यू देखण वास्ते किन्नी मेहनत करनी पैंदी आ। उधरों थल्लों आए आपां घुम के, ते उह सामने जाणा गा आ पहाड़ां दे विचकार दी, ऐं पूरी फुल चढ़ाई आ निम्बू तों पहलां, पूरी खड़मी चढ़ाई जिहनूं आपां कहिंदे नें, उह सामने तों चढ़ाई चढ़ के आए आ। ते उत्तों बाद आह व्यू, आह क्या बात आ। निम्बू तों हैगे आपां 16-17 किलोमीटर पिछे, ते आह जिहड़ी चढ़ाई आ बस लास्ट ही आ, उतों बाद ऐ जावां पदरी सड़क आ, की पदरी की पूरी ढाल आ निम्बू तक। तो आप इत्थे रुकिया कर रस्ते च माड़ा जा पाला लगन लाता, रब ने इन्नी तेज़ हवा तुरे जाते साइकिल के डोले खवाते, तो हवा भी बहुत ज़्यादा ठंडी, ऐ जावां बर्फ। तो हुण कहना इत्थे रुके आ, सारे सफर च पहली जीजा कीता भी आ चाह पी लीए, तो इत्थे रुके आ चाह पीने, उतों चाह पी के फिर चलते हैं, फिर तुम्हें दिखावांगे पूरी ऐ सोहनी सड़क। ते चढ़ाई वाला काम जमा मुक गया, हुण निम्बू तक सड़क ऐ जानी है जमा पद्धर पूरी, फिर निम्बू तो बाद थोड़ी चढ़ाई पेगी पत्थर साहब गुरद्वारा है ना, उत्थों तक चढ़ाई पेगी, उस बाद फिर प्लेन आ वह भी थोड़ा दिखावांगे। पर अज आप निम्बू पहुँचते हैं, तो निम्बू तक हम ए जाना टापो टाप। जिन्निया सड़क हम तक जिंदगी देखिया सब तो घेंट सड़क अपन वाह लगती है, ए जाता साइकिल इतने शिकाट पाँगा, तो आले दुआले का व्यू देखो किन्ना सोहना है ना, दोनों पासे खुला मैदान, तो नाल लगते पहाड़, तो पहाड़ों दी चोटियां ते पई है बर्फ, क्या बात है। इतने साइकिल चला का स्वाद आ, पर साइकिल चलाना नहीं, साइकिल आपे चलता, तुसीं इकल्ला रोकना साइकिल नूं। आपां सारयां ने आम ही सुनिया होगा ना भी जिहने लाहौर नहीं देखिया जम्मिया नहीं, पर यार आह चीज़ां देख के एक मन च ख्याल आउंदा है ना भी जिहने लद्दाख नहीं देखिया जम्मिया वह भी नहीं, क्या बात है यार, किड्डे सोहणे व्यू आ, कुदरत परे तो परे पई है, वाकई कोई अंत नहीं कुदरत दा, क्या बात है, क्या घेंट व्यू है यार। इधर पहाड़ों का रंग देखो जिवें फौजियों दी गड्डियां दा हुंदा है ना, क्या बात है यार, आह नीला नीला आसमान, रूं वर्गे बदल। निम्बू तो पहला आउंदा पिंड बासगो, इत्थे यार जिहड़ा स्कूल है इहदे बोर्ड ते बासगो लिखा पिया, कितने बासगो लिखा जो पिछे बोर्ड लगे ना पता करके बासगो कहता, इतने बाजगो लिखा,
एक जी गल आ क्योंकि इन्हों का बोलन का तरीका वखो वखरा ता करके इतने बाजगो लिखता वैसे नेट ते ये BASGO आ बासगो तो देने आप निम्मू जाइए कि पहला कोई इतने लोकेशन देनी है सोहनी जी आ पिंड जो इतने कितने रुकन का होया फिर आप निम्मू जान रहन देंगे तो जे इतने लोकेशन ना मिली घेंट आप फिर आप निम्मू चलते हैं इतों के कुछ पुराने घर आना ढे पे आ बिच कुछ नूं दोबारे तैयार करी जांदे ऐ लगदा इत्थों दा आला दुआला बासगो कोई जगह जची नहीं टेंट लाउण नूं टप्पिया आपां बाद च पता लग्गिया कहिंदे जगह उपर तुहानूं मिल जाणी सी ते आपां थल्ले डाउन बहुत उतरे ते हुण आपां चलदे आं निम्मू निम्मू देने आ की माहौल आपां पहुंच गए सी निम्मू काफ़ी टाइम हो गया इत्थे पहुंचण नूं थोड़ा जा फोन चुल गया सी घरे फोन ला लिया सीगा अंदर है अपने मजदूर भरा बिहार तो वह कहिंदे खाना खूना भी असीं बनाउणे आ इत्थे साडे कोले रुको अंदर इन्हां नूं पुछ लिया सी एवें बेचारे सड़क ते जांदे सी ना तुरे जांदे ना तुहानूं तड़के मिलावांगे ते इन्हां नूं पुछा कि उस्ताद इत्थे जगह चाहीदी है टेंट लाउण नूं कितें जगह हैगी ते दिओ कोई करके टिकाणा इह कहिंदे वी असीं आह जिहड़ा घर आ ना इत्थे करदे आ रंग दा कम्म तो कहिंदे आपां मालक नूं पुछ लैणे वी असीं वी बंदे नूं रखणा इत्थे रात नूं रख लईए जदों उहनूं पुछिआ कि ऐं करके बंदा जा रिहा साइकल ते हैना लद्दाख ते इकला ही आ उह कहिंदा यार रख लो कोई गल नहीं ते इह कहिंदे तेरी मर्जी उस्ताद इत्थे टेंट लाउणा टेंट ला लईं ते नहीं असीं तां आणिआ अंदर फिर जी चलो आपां उत्थे अंदर ही पै जाँगे उन्ना क समान ला लाँगे बाकी अहीं खड़ी रहिण दिंदे आ गड्डी ते तड़के जावांगे आपां बाबा कृपा करे गुरद्वारा पत्थर साहिब ते अज का ब्लॉग आप इत करते हैं समाप्त जुड़े रहो लाइक शेयर सबसक्राइब करी चलो कमी पेशी या कमेंट करके दस दौ तो ब्लॉग थोड़ा जहा नैटवर्क की प्रॉब्लम करके लेट फिट हो जाते हैं चलो ठीक है जी फिर मिलते हैं कल नू ते निम्मू तो जावांगे आप कल नू ले